ਬਿਲਕੁਲ, ਇਹ ਘਨੌਰ ਤੋਂ ਜਦੋਂ ਅੰਬਾਲਾ ਰੋਡ ਨੂੰ ਮੂਵ ਕਰਦੇ ਆ ਤਾਂ ਉਹ ਸੜਕ ਹੈ, ਕਿਉਂਕਿ ਸ਼ੰਭੂ ਤੋਂ ਜਦੋਂ ਕਿਸਾਨ ਆਗੂ ਆਏ ਨੇ ਤਾਂ ਉਹ ਸ਼ੰਭੂ ਤੋਂ ਵਾਇਆ ਘਨੌਰ ਹੁੰਦੇ ਹੋਏ ਇੱਧਰ ਪਹੁੰਚੇ ਨੇ ਲੋਹ ਸਿੰਬਲੀ ਅੰਬਾਲਾ ਵੱਲ ਜਾਣ ਦੇ ਲਈ। ਤਾਂ ਇਹ ਅੰਬਾਲਾ ਤੋਂ ਕਰੀਬ 7 ਕਿਲੋਮੀਟਰ ਪਿੱਛੇ ਆਪਾਂ ਕਹਿ ਸਕਦੇ ਹਾਂ ਜਿੱਥੇ ਇਹ ਕਿਸਾਨਾਂ ਦਾ ਜਿਹੜਾ ਜਥਾ ਉਹ ਰੁਕਿਆ ਹੋਇਆ। ਤੁਸੀਂ ਦੂਰ ਤੱਕ ਨਜ਼ਰ ਮਾਰੋ ਤੁਹਾਨੂੰ ਕਿਸਾਨ ਨਜ਼ਰ ਆਉਣਗੇ, ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇੱਥੇ ਮੌਜੂਦ ਨੇ। ਸਰਵਨ ਸਿੰਘ ਭੰਦੇਰ ਜਿਹੜੇ ਕਿਸਾਨ ਆਗੂ ਨੇ ਉਹ ਇੱਥੇ ਮੌਜੂਦ ਨੇ, ਹਾਲਾਂਕਿ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲ ਰਹੀ ਹੈ। ਤੁਸੀਂ ਦੇਖ ਰਹੇ ਹੋ ਕਿ ਪੁਲਿਸ ਅਫਸਰ ਸਾਹਮਣੇ ਮੌਜੂਦ ਨੇ ਔਰ ਸਰਵਨ ਸਿੰਘ ਭੰਦੇਰ ਹੋਣੀ ਫੋਨ ਤੇ ਇੱਥੋਂ ਦੇ SP ਦੇ ਨਾਲ ਗੱਲ ਜਿਹੜੀ ਹੈਗੀ ਹੈ ਪ੍ਰਸ਼ਾਸਨ ਵੱਲੋਂ ਕਰਵਾਈ ਜਾ ਰਹੀ ਹੈ। ਜਿਹੜੇ ਮੌਕੇ ਤੇ ਜਿਹੜੇ ਇੰਸਪੈਕਟਰ ਪਹੁੰਚੇ ਨੇ, DSP ਪਹੁੰਚੇ ਨੇ, ਉਹ ਗੱਲ ਕਰਵਾ ਰਹੇ ਨੇ ਸਰਵਨ ਸਿੰਘ ਭੰਦੇਰਵਾਂ ਦੀ SP ਦੇ ਨਾਲ, ਤਾਂ ਕਿ ਇੱਥੋਂ ਮਨਾ ਕੇ ਉਹਨਾਂ ਨੂੰ ਵਾਪਸ ਭੇਜਿਆ ਜਾ ਸਕੇ ਅਤੇ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਅਤੇ ਤਸਵੀਰਾਂ ਤੁਹਾਡੇ ਸਾਹਮਣੇ ਨੇ, ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਇਸ ਵੇਲੇ ਗੱਲਬਾਤ ਚੱਲ ਕੀ ਰਹੀ ਹੈ। ਮੰਡੀ ਮੇ ਇਕੱਠੇ ਹੋਗੇ ਤੋ ਉਸਕਾ ਸਨਮਾਨ ਕਰਕੇ ਸ਼ੰਭੂ ਪਰ ਆਏ ਦੇਖ ਲਈ ਮੈਂ ਤਾਂ ਨਹੀਂ ਪੜ੍ਹਾ, ਲੇਕਿਨ ਮੈਂ ਬੋਲ ਰਹਾ ਹੂੰ ਆਪਕੋ ਚਲੋ ਹਮ ਤੋ ਆਪਕੋ ਬੋਲ ਰਹੇ ਹੈ ਹਮ ਆਗੇ ਜਾਏਂਗੇ, ਇੱਕ ਵਾਰ ਮੇਰੀ ਰਿਕੁਐਸਟ ਹੈ ਆਪ ਉੱਪਰ ਬਾਤ ਕਰੀਏ, ਚੰਡੀਗੜ੍ਹ ਬਾਤ ਕਰੀਏ, ਫਿਰ ਬਾਤ ਕਰੀਏ, ਹਮ ਆਪਕਾ ਵੇਟ ਕਰੇਂਗੇ। ਦੇਖੋ ਰਸਤਾ ਨਿਕਲੇ, ਹਮ ਨਹੀਂ ਚਾਹਤੇ ਕੁਛ ਐਸਾ ਹੋ, ਔਰ ਆਗੇ ਕੀ ਬਾਤ ਵੀ ਹੈ, ਕੱਲ ਕੋ ਵੀ ਹਮਨੇ ਬਾਤਚੀਤ ਕਰਨੀ ਹੈ, ਹਮਾਰਾ ਟਰਸਟ ਬੜੇਗਾ ਆਪਕੇ ਜ਼ਰੀਏ, ਕਰੀਏ ਠੀਕ ਹੈ। ਸਰਵਨ ਸਿੰਘ ਭੰਦੇਰ ਹੋਣੀ, ਸਰਵਨ ਸਿੰਘ ਭੰਦੇਰ ਉਹਦੇ ਨਾਲ ਗੱਲ ਕਰਦੇ ਆ। ਭੰਦੇਰ ਸਾਹਿਬ ਆਓ ਜੀ, ਭੰਦੇਰ ਸਾਹਿਬ ਆਪਾਂ ਭੰਦੇਰ ਹੋਰਾਂ ਦੇ ਨਾਲ ਗੱਲ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਆ, ਵਿਨੋਦ ਅੱਗੇ ਆਓ ਕਿ ਆਖਿਰ ਕੀ ਗੱਲਬਾਤ ਹੋਈ ਹੈ, ਕੀ ਅੱਗੇ ਦਾ ਪ੍ਰੋਗਰਾਮ ਹੈ। ਤਾਂ ਸਰਵਨ ਸਿੰਘ ਭੰਦੇਰ ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਹੈ, ਫਿਲਹਾਲ ਦੂਜੇ ਸਾਥੀ ਜਿਹੜੇ ਗੱਲ ਕਰ ਰਹੇ ਨੇ ਕੋਸ਼ਿਸ਼ ਕਰਦੇ ਆ, ਸਰਵਨ ਸਿੰਘ ਭੰਦੇਰ ਉਹਦੇ ਨਾਲ ਗੱਲ ਕਰਦੇ ਆ ਕਿ ਆਖਿਰ ਪੁਲਿਸ ਦੇ SP ਦੇ ਨਾਲ ਕੀ ਗੱਲਬਾਤ ਹੋਈ ਹੈ। ਚੰਡੀਗੜ੍ਹ ਬਾਤ ਕਰ ਰਹੇ ਤਾਂ ਭੰਦੇਰ ਸਾਹਿਬ ਕੀ ਪ੍ਰੋਗਰਾਮ ਰੱਖਿਆ ਗਿਆ ਸੀ ਔਰ ਹੁਣ ਅੱਗੇ ਦਾ ਕੀ ਪ੍ਰੋਗਰਾਮ ਰਹਿਣ ਵਾਲਾ, ਇਸ ਵੇਲੇ ਤੁਸੀਂ ਇੱਥੇ ਇਕੱਠੇ ਹੋਏ ਹੋ? ਆ ਦੇਖੋ, ਅਸੀਂ ਨਾ ਹੁਣ ਸਰਕਾਰ ਨਾਲ ਗੱਲ ਕਰ ਰਹੇ ਹਾਂ ਵੀ ਸਾਡਾ ਤਾਂ SP ਵਾਲਾ ਪ੍ਰੋਗਰਾਮ ਤਾਂ ਰੱਦ ਹੋ ਗਿਆ, ਇਹ ਮੁੰਡਾ ਛੱਡਤਾ ਸਾਡਾ। ਦੇਖੋ ਹੁਣ ਸੀਗਾ ਵੀ ਮੰਡੀ ਜਾਈਏ ਤੇ ਸਾਰੇ ਇਕੱਠੇ ਹੋ ਕੇ ਤੇ ਉਹਦਾ ਸਨਮਾਨ ਕਰਕੇ ਉਹਨੂੰ ਸ਼ੰਭੂ ਬਾਰਡਰ ਤੇ ਲੈ ਕੇ ਜਾਈਏ, ਠੀਕ ਆ? ਇਹ ਗੱਲ ਕਰਨੀ ਸੀ। ਹੁਣ ਸਾਡੀ SP ਅੰਬਾਲਾ ਨਾਲ ਗੱਲਬਾਤ ਹੋਈ ਆ ਵੀ ਚੰਡੀਗੜ੍ਹ ਗੱਲ ਕਰੋ, ਸਾਡੇ ਗ੍ਰਿਫਤਾਰ ਕੀਤੇ ਆਗੂ ਛੱਡ ਦਿਓ, ਠੀਕ ਆ, ਔਰ ਸਾਨੂੰ ਮੰਡੀ ਚ ਪ੍ਰੋਗਰਾਮ ਕਰਕੇ ਵਾਪਸ ਸ਼ੰਭੂ ਜਾਣ ਦਿਓ, ਸਾਡਾ ਇਹੀ ਪ੍ਰੋਗਰਾਮ ਆ, ਹੋਰ ਕੋਈ ਪ੍ਰੋਬਲਮ ਨਹੀਂ। ਸਾਨੂੰ ਕੋਈ ਖਤਰਾ ਆ ਸਾਡੇ ਤੋਂ ਵੀ ਲਾਅਨ ਆਰਡਰ ਦਾ ਮਸਲਾ ਖੜਾ ਕਰਾਂਗੇ, ਕੁਝ ਵੀ ਅਜਿਹਾ ਕਰਾਂਗੇ, ਤੁਸੀਂ ਸਾਡੇ ਨਾਲ ਗੱਲ ਕਰ ਲਓ। ਹੁਣ ਉਹ ਕਹਿ ਰਹੇ ਵੀ ਮੈਂ ਚੰਡੀਗੜ੍ਹ ਗੱਲ ਕਰਦਾ। ਅੱਛਾ, ਮੰਡੀ ਦਾਣਾ ਮੰਡੀ ਤੁਸੀਂ ਅੰਬਾਲਾ ਦੀ ਗੱਲ ਕਰ ਰਹੇ ਸੀ ਤਾਂ ਉੱਥੇ ਜਾਣ ਤੋਂ ਰੋਕਿਆ ਗਿਆ ਫਿਰ? ਹਾਂ ਦੇਖੋ, ਉੱਥੇ ਗਏ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਜੀ, ਲਗਭਗ ਅੰਬਾਲਾ ਸਾਰਾ ਸੀਲ ਕੀਤਾ ਹੋਇਆ ਵੀ ਉਹਨਾਂ ਨੇ ਕਿਹਾ ਵੀ ਸਰਕਾਰ ਦੇ ਨਿਰਦੇਸ਼ ਆ, ਚਲੋ ਪੁਲਿਸ ਦੇ ਤਾਂ ਨਹੀਂ, ਹਰਿਆਣਾ ਸਰਕਾਰ ਦੇ ਨਿਰਦੇਸ਼ ਆ ਵੀ ਇਹਨਾਂ ਨੂੰ ਅੰਬਾਲੇ ਦਾਖਲ ਹੋਣ ਨਹੀਂ ਦੇਣਾ। ਹਾਂ, ਤੇ ਉਹਨਾਂ ਨੇ ਦਾਖਲ ਨਹੀਂ ਹੋਣ ਦਿੱਤਾ ਹੈਗਾ। ਅੱਛਾ, ਕਿੰਨੇ ਕੁ ਲੋਕ ਜਿਹੜੇ ਕਿਹੜੇ ਕਿਹੜੇ ਆਗੂ ਗ੍ਰਿਫਤਾਰ ਕੀਤੇ ਗਏ ਨੇ? ਦੇਖੋ ਵੱਡੇ ਆਗੂਆਂ ਚ ਅਮਰਜੀਤ ਸਿੰਘ ਜੀ ਮੋੜੀ ਆ,
ਜਸਵਿੰਦਰ ਸਿੰਘ ਜੀ ਲੌਂਗੋਵਾਲ ਆ ਪੰਜਾਬ ਤੋਂ, ਰਣਜੀਤ ਸਿੰਘ ਜੀ ਰਾਜੂ ਰਾਜਸਥਾਨ ਤੋਂ, ਇਹ ਤਿੰਨ ਲੀਡਰ ਨੇ ਮੇਨ ਉਹਨਾਂ ਚ, ਬਾਕੀ ਵੀ ਲੀਡਰ ਹਰਿਆਣਾ ਦੇ ਹੈਗੇ। ਨਵਦੀਪ ਜਲਵੇੜਾ ਉਹ ਕਿੱਥੇ ਨੇ ਇਸ ਵੇਲੇ? ਨਹੀਂ ਉਹ ਆਪਣੇ ਘਰ ਨੇ, ਦੇਖੋ ਅਸੀਂ ਕਿਹਾ ਵੀ ਅਸੀਂ ਜਾਣਾ ਚਾਹੁੰਦੇ ਹਾਂ ਕਿ ਇਹਦੇ ਵਿੱਚ ਭਾਰਤ ਸਰਕਾਰ ਦਾ ਬੈਨੀਫਿਟ ਹੈ ਵੀ ਪੁਰ ਅਮਨ ਐਕਟੀਵਿਟੀ ਨੂੰ ਇਜਾਜ਼ਤ ਦਿੰਦੀ ਆ। ਜੇਕਰ ਸਾਡੇ ਤੋਂ ਖਤਰਾ ਵਾ ਤੇ ਤੁਸੀਂ ਵਿਚਾਰ ਕੇ ਦੱਸੋ ਕੀ ਖਤਰਾ ਵਾ? ਆਪਾਂ ਨਾ ਕੋਈ ਰੌਲਾ ਨੀ, ਆਪਾਂ ਤਾਂ ਸਨਮਾਨ ਕਰਕੇ ਨੂੰ ਸ਼ੰਭੂ ਬਾਰਡਰ ਤੇ ਬਾਕੀ ਸਾਡੇ ਬੰਦੇ ਦੇ ਦਿਓ ਸਾਨੂੰ, ਠੀਕ ਹੈ ਨਾ? ਇਹ ਹੁਣ ਉੱਤੇ ਚੰਡੀਗੜ੍ਹ ਗੱਲ ਕਰਕੇ ਉਹ ਕੀ ਗੱਲ ਕਰਦੇ ਨੇ ਪਤਾ ਲੱਗੂਗਾ। ਅੱਛਾ ਫਿਰ ਅੱਗੇ ਦੀ ਰੂਪਰੇਖਾ ਉਸ ਤੋਂ ਬਾਅਦ ਤੈਅ ਕਰੋਗੇ ਫਿਲਹਾਲ? ਹਾਂ ਫਿਲਹਾਲ ਗੱਲਬਾਤ ਚੱਲ ਰਹੀ ਆ, ਗੱਲਬਾਤ ਤੋਂ ਬਾਅਦ ਹੀ ਅਗਲੀ ਗੱਲ ਕਰਾਂਗੇ ਆਪਾਂ। ਤੇ ਜਿਹੜੇ ਇੱਥੇ ਅਸੀਂ ਦੇਖ ਰਹੇ ਹਾਂ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚੇ ਨੇ, ਕਿੱਥੋਂ ਕਿੱਥੋਂ ਕਿਸਾਨ ਇੱਥੇ ਇਕੱਠੇ ਹੋਏ? ਪੰਜਾਬ ਹਰਿਆਣੇ ਦੇ ਕਿਸਾਨ ਨੇ ਲਗਭਗ ਸਾਰੇ। ਤਾਂ ਫਿਲਹਾਲ ਇੰਤਜ਼ਾਰ ਕੀਤਾ ਜਾ ਰਿਹਾ ਜੀ, ਕਹਿੰਦੇ ਨੇ ਕਿ ਜਦੋਂ ਪ੍ਰਸ਼ਾਸਨ ਦੇ ਵੱਲੋਂ ਕੋਈ ਸੁਨੇਹਾ ਆਏਗਾ ਅੱਗੇ ਦੀ ਗੱਲਬਾਤ ਕਰਕੇ ਤਾਂ ਉਸ ਵੇਲੇ ਸਪਸ਼ਟ ਹੋਏਗਾ ਕਿ ਅੱਗੇ ਦੀ ਰਣਨੀਤੀ ਕੀ ਤਿਆਰ ਕੀਤੀ ਜਾਣੀ ਹੈ। ਪਰ ਫਿਲਹਾਲ ਇਹ ਤੁਹਾਡੇ ਸਾਹਮਣੇ ਕਹਿੰਦੇ ਨੇ ਕਿ ਪੰਜਾਬ ਹਰਿਆਣੇ ਦੇ ਕਿਸਾਨ ਜਿਹੜੇ ਇੱਥੇ ਇਕੱਠੇ ਹੋਏ ਨੇ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚ ਚੁੱਕੇ ਨੇ। ਅੰਬਾਲਾ ਦੀ ਦਾਣਾ ਮੰਡੀ ਜਾਣਾ ਸੀ ਪਰ ਉੱਥੇ ਨਹੀਂ ਜਾ ਸਕੇ, ਇੱਥੇ ਹੀ ਰੁਕਿਆ ਗਿਆ, ਇੱਥੇ ਰੁਕੇ ਹੋਏ ਨੇ, ਇੱਥੇ ਇਕੱਠੇ ਹੋ ਰਹੇ ਨੇ ਕਿਉਂਕਿ ਜਿਹੜੇ ਕਿਸਾਨ ਦਾਣਾ ਮੰਡੀ ਦੇ ਵਿੱਚ ਪਹੁੰਚੇ ਸੀ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਤਾਂ ਇਸ ਕਰਕੇ ਕਿਸਾਨ ਹੁਣ ਇੱਥੇ ਇਕੱਠੇ ਹੋ ਰਹੇ ਨੇ। ਇਹ ਤਸਵੀਰਾਂ, ਮੇਨ ਹਾਈਵੇ ਆ ਜਿਹੜਾ ਅੰਬਾਲਾ ਤੋਂ ਹਿਸਾਰ ਨੂੰ ਜਾਂਦਾ, ਉਸ ਸੜਕ ਤੇ ਲੋ ਸਿੰਬਲੀ ਜਿਹੜਾ ਹੈਗਾ ਇਲਾਕਾ, ਉੱਥੇ ਇਹ ਇਕੱਠੇ ਹੋਏ ਨੇ ਔਰ ਇੱਥੋਂ ਦੀਆਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਜੀ। ਤਸਵੀਰਾਂ ਅਸੀਂ ਦੇਖ ਰਹੇ ਹਾਂ ਤੇ ਸਰਵਣ ਸਿੰਘ ਪੰਧੇਰ ਨੂੰ ਵੀ ਸੁਣਿਆ। ਸਰਵਣ ਸਿੰਘ ਪੰਧੇਰ ਕਹਿ ਰਹੇ ਨੇ ਕਿ ਅਗਲੀ ਰੂਪਰੇਖਾ ਉਸ ਤੋਂ ਬਾਅਦ ਹੀ ਐਲਾਨੀ ਜਾਵੇਗੀ, ਪਰ ਕਾਫੀ ਗਿਣਤੀ ਹੈ ਕਿਸਾਨਾਂ ਦੀ ਜੇ ਦੇਖਿਆ ਜਾਵੇ, ਕਿਉਂਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਅੰਬਾਲਾ ਮੰਡੀ ਦੇ ਵਿੱਚ ਜਾਇਆ ਜਾਣਾ ਸੀ ਜਿੱਥੋਂ ਨਵਦੀਪ ਜਲਵੇੜਾ ਦਾ ਸਨਮਾਨ ਕਰਨਾ ਸੀ ਤੇ ਉੱਥੋਂ ਫਿਰ ਸ਼ੰਭੂ ਬਾਰਡਰ ਆਉਣਾ ਸੀ। ਹਾਲਾਂਕਿ ਇਹ ਤਸਵੀਰਾਂ ਜਿਹੜੀਆਂ ਉਹ ਗਵਾਹੀ ਭਰ ਰਹੀਆਂ ਨੇ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ। ਹਾਈਵੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਫੀ ਵਾਹਨ ਜਿਹੜੇ ਨੇ ਨਪਿੰਦਰ ਉਹ ਵੀ ਨਜ਼ਰ ਆ ਰਹੇ ਨੇ। ਇਹ ਜਿਹੜਾ ਹਾਈਵੇ ਹੈ ਕਿ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਇਹ ਬੰਦ ਹੈ ਜਾਂ ਇਹ ਚਾਲੂ ਹਾਲਤ ਦੇ ਵਿੱਚ ਆ, ਥੋੜਾ ਜਿਹਾ ਵੀ ਸਮਝਣਾ ਚਾਹਾਂਗੇ। ਲਗਾਤਾਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਅੰਬਾਲਾ ਤੋਂ, ਇਹ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਹਾਈਵੇ ਤੇ ਜਮ੍ਹਾਂ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਾਥੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ, ਜਿਹੜਾ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਕਿਉਂਕਿ ਅੰਬਾਲਾ ਦਾਣਾ ਮੰਡੀ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਰੱਖਿਆ ਹੋਇਆ ਸੀ। ਨਵਦੀਪ ਜਲਵੇੜਾ ਜਿਹੜਾ ਵਾਟਰ ਕੈਨਨ ਬੁਆਏ ਵਜੋਂ ਜਾਣਿਆ ਜਾਂਦਾ, ਉਸ ਨੂੰ ਸਨਮਾਨਿਤ ਕੀਤਾ ਜਾਣਾ ਸੀ, ਜਿਸ ਤੋਂ ਬਾਅਦ ਸਨਮਾਨਿਤ ਕਰਨ ਤੋਂ ਬਾਅਦ ਇੱਕ ਮਾਰਚ ਦੇ ਰੂਪ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਨਵਦੀਪ ਜਲਵੇੜਾ ਨੂੰ ਸ਼ੰਭੂ ਬਾਰਡਰ ਲੈ ਕੇ ਆਉਣਾ ਸੀ। ਤਾਂ ਉਸ ਤੋਂ ਪਹਿਲਾਂ ਹੀ ਕਾਫੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਅੰਬਾਲਾ ਦਾਣਾ ਮੰਡੀ ਦੇ ਵਿੱਚ ਪੁਲਿਸ ਫੋਰਸ ਤੈਨਾਤ ਹੈ ਤੇ ਕਿਸਾਨਾਂ ਨੂੰ ਉੱਥੇ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ। ਤਾਂ ਅੰਬਾਲਾ ਤੋਂ ਥੋੜੀ ਦੂਰੀ ਤੇ ਇਹ ਕਿਸਾਨ ਜਿਹੜੇ ਨੇ ਇਕੱਠੇ ਹੋਏ ਨੇ, ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਮੌਜੂਦ ਨੇ, ਗੱਲਬਾਤ ਕੀਤੀ ਜਾ ਰਹੀ ਹੈ ਕਿਸਾਨ ਆਗੂਆਂ ਦੇ ਨਾਲ। ਨਵਦੀਪ ਕੋ ਰਿਹਾ ਕਰ ਦਿਆ ਗਿਆ ਹੈ, ਅਬ ਐਸ ਪੀ ਕੇ ਗਿਰਾਓ ਕਾ ਕਾਰਜਕ੍ਰਮ ਮੁਲਤਵੀ ਕੀਆ ਜਾ ਰਹਾ ਹੈ। ਸਿਰਫ ਇਤਨਾ ਕਾਮ ਬਾਕੀ ਥਾ ਕਿ ਅਨਾਜ ਮੰਡੀ ਕੇ ਧਾਨ ਮੰਡੀ ਕੇ ਅੰਦਰ ਕਿਸਾਨੋਂ ਨੇ ਇਕੱਤਰਿਤ ਹੋਣਾ ਥਾ ਔਰ ਜਲਵੇੜਾ ਉਸ ਲੜਕੇ ਨੇ ਵਹਾਂ ਜਾ ਕਰ ਲੋਗੋਂ ਕਾ ਧੰਨਵਾਦ ਕਰਨਾ ਥਾ ਔਰ ਉਸਕੋ ਸਾਥ ਲੇਕਰ ਇਧਰ
शंभू बॉर्डर पे आना था, सिर्फ इतना कार्यक्रम था और किसी तरह का कोई कार्यक्रम बाकी नहीं था। प्रशासन की ओर से जो मंदभागी सूचना मिली है, जिसकी मैं बात कहना चाह रहा हूँ, वो ये है कि इस हालात के चलते पुलिस ने जितने भी किसान, जितने भी हमारे नेता वहाँ गए हैं, सभी को डिटेन करना शुरू कर लिया। ये क्यों किया जा रहा है? हालात को जानबूझकर हरियाणा गवर्नमेंट खराब करना चाह रही है, माहौल को टेंस करना चाह रही है, ताकि कल को हाई कोर्ट के अंदर वो ये कह सकें कि देखिए यहाँ पे आकर किसानों ने ये किया, किसानों ने वो किया, जबकि ऐसा कोई प्रोग्राम नहीं था हमारा। फोन ते इत्थों दे एसपी दे नाल गल जिहड़ी हैगी प्रशासन वल्लों करवाई जा रही है, जिहड़े मौके ते ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਬਾਲਾ ਤੋਂ, ਜਿੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਮ੍ਹਾਂ ਹੋਏ ਨੇ। ਨਵਦੀਪ ਜਲਬੇੜਾ ਦਾ ਅੱਜ ਸਨਮਾਨ ਕੀਤਾ ਜਾਣਾ ਸੀ, ਵਾਟਰ ਕੈਨਨ ਬੁਆਏ ਜਿਸ ਨੂੰ ਲੈ ਕੇ ਦਾਣਾ ਮੰਡੀ ਅੰਬਾਲਾ ਦੇ ਵਿੱਚ ਇਕੱਠ ਰੱਖਿਆ ਹੋਇਆ ਸੀ, ਪਰ ਉਸ ਤੋਂ ਪਹਿਲਾਂ ਹੀ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਜਿਸ ਤੋਂ ਬਾਅਦ ਕਿਸਾਨ ਅੰਬਾਲਾ ਤੋਂ ਥੋੜ੍ਹੀ ਦੂਰੀ 'ਤੇ ਇਕੱਠੇ ਹੋਏ ਨੇ ਅਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਹਿਰਾਸਤ 'ਚ ਲਏ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ, ਛੱਡਿਆ ਜਾਵੇ। ਦੂਜੇ ਪਾਸੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਵਾਹਨ ਤੁਹਾਨੂੰ ਨਜ਼ਰ ਆ ਰਹੇ ਨੇ, ਕਿਸਾਨਾਂ ਦਾ ਇਕੱਠ ਨਜ਼ਰ ਆ ਰਿਹਾ ਹੈ। ਸਰਵਣ ਸਿੰਘ ਪੰਧੇਰ ਜਿਹੜੇ ਨੇ ਉਹ ਸੰਬੋਧਨ ਕਰਦੇ ਨਜ਼ਰ ਆ ਰਹੇ ਨੇ, ਅਗਲੀ ਰੂਪਰੇਖਾ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ, ਕੀ ਅਗਲਾ ਐਲਾਨ ਹੈ। ਤਾਂ ਹਾਈਵੇ ਦੀਆਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਮ੍ਹਾਂ ਨੇ ਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਤੈਅ ਕੀਤਾ ਜਾ ਰਿਹਾ, ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾ ਰਿਹਾ ਹੈ। ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਹੈ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ ਅਤੇ ਅਗਲਾ ਐਲਾਨ ਹੈ ਜਿਹੜਾ ਉਹ ਕੀਤਾ ਜਾ ਰਿਹਾ। ਅੰਬਾਲਾ ਦਾਣਾ ਮੰਡੀ ਜਾ ਰਹੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਜਿਸ ਤੋਂ ਬਾਅਦ ਸਰਵਣ ਸਿੰਘ ਪੰਧੇਰ ਸਮੇਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਨਜ਼ਰ ਆ ਰਹੇ ਨੇ। ਨਵਦੀਪ ਜਲਬੇੜਾ ਤੁਹਾਨੂੰ ਨਜ਼ਰ ਆ ਰਿਹਾ, ਇਹੀ ਉਹ ਵਾਟਰ ਕੈਨਨ ਬੁਆਇਆ ਜਿਸ ਦਾ ਸਨਮਾਨ ਕੀਤਾ ਜਾਣਾ ਸੀ। ਕਿਸਾਨ ਜਮ੍ਹਾਂ ਨੇ ਦੱਸ ਦਈਏ ਕਿ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਹੈ, ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਹੁਣ ਇੱਥੇ ਹੀ ਜਿਹੜੇ ਕਿਸਾਨ ਨੇ ਉਹ ਇਕੱਠੇ ਹੋ ਗਏ ਨੇ। ਹਾਈਵੇ ਤੇ ਹੀ ਕਿਸਾਨਾਂ ਦਾ ਜਮ੍ਹਾਂਵਾੜਾ ਲੱਗਿਆ ਹੋਇਆ ਹੈ ਤੇ ਸਰਵਣ ਸਿੰਘ ਪੰਧੇਰ ਅਗਲੇ ਐਕਸ਼ਨ ਦੀ ਤਿਆਰੀ ਦੇ ਵਿੱਚ ਨਜ਼ਰ ਆ ਰਹੇ ਨੇ, ਕਿਸਾਨਾਂ ਨੂੰ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਸਮਝਾਇਆ ਜਾ ਰਿਹਾ।